ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰ ਲੈ ਸਾਰੇ ਠੀਕ ਠਾਕ ਹੋਣਗੇ ਅਤੇ ਆਪਾਂ ਵੀ ਠੀਕ ਠਾਕ ਹੈ ਕਰਦੇ ਹਾਂ। ਜਿਹੜਾ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਪਣੀ ਰਿਕੁਐਸਟ ਹੁੰਦੀ ਹੈ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਦੁਕਾਨ ਦੇ ਵਿੱਚ ਬੜੇ ਕਿਉਂ ਬੜੇ ਤੁਹਾਨੂੰ ਦੱਸਦੇ ਵਲੋਗ ਦੇ ਵਿੱਚ, ਪਹਿਲਾਂ ਚੈਨਲ ਨੂੰ ਮਾਰੋ ਸਬਸਕ੍ਰਾਈਬ। ਖੜ੍ਹੇ ਮੈਂ ਖੰਭੇ ਕੋਲ ਖੜ੍ਹੇ ਜੀ, ਆਹ ਦੇਖ ਸਕਦੇ ਹੋ ਉੱਥੇ ਲਾਈਟ ਆਪਣੀ ਸਵੇਰ ਦੀ ਨਹੀਂ ਆਈ। ਮੈਂ ਵਾ ਕੇ ਦੁਕਾਨ 'ਤੇ ਲਾਈਟ ਉੱਥੇ ਸੀਗੀ, ਮੈਂ ਚੱਲ ਘਰ ਵੀ ਆ ਗਈ, ਉੱਥੇ ਆਪਾਂ ਫੋਨ ਆਇਆ ਵੀ ਸਵੇਰ ਦੀ ਲਾਈਟ ਨਹੀਂ ਆਈ। ਅਤੇ ਹੁਣ ਸੱਦਿਆ ਆਪਾਂ ਲੈਨਮੈਨ ਸਾਹਿਬ ਨੂੰ, ਲੈਨਮੈਨ ਸਾਹਿਬ ਆਉਂਦੇ ਆ ਅਤੇ ਇੱਥੋਂ ਲਾਈਟ ਦੇਖਣਗੇ ਕਿੱਥੋਂ ਬਲਟ ਪੈ ਗਿਆ ਲਾਈਟ ਦੇ ਵਿੱਚ। ਮੈਂ ਚੈੱਕ ਕਰ ਲਈ ਮੇਰੇ ਘਰ ਦੇ ਵਿੱਚ ਇੱਥੋਂ ਤਾਰ ਤੋਂ ਟੁੱਟੀ ਆ, ਜਿਵੇਂ ਵੀ ਲੈਨਮੈਨ ਸਾਹਿਬ ਆਉਂਦੇ ਆ ਆਪਾਂ ਦਿਖਾਵਾਂਗੇ। ਤੁਸੀਂ ਲਾਈਕ ਅਤੇ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਦੋ ਤਿੰਨ ਜੋੜ ਆ ਤਾਰ ਦੇ ਵਿੱਚ, ਇੱਕ ਜੋੜ ਇੱਥੇ ਰੱਖੋ ਵਿਚਾਲੇ ਰੱਖੋ ਦੂਜੇ ਖੰਭੇ 'ਤੇ ਆ, ਜਿਵੇਂ ਵੀ ਸਿਸਟਮ ਹੋਇਆ ਮੈਂ ਦੱਸਾਂਗੇ। ਮੋਬਾਇਲ ਆਪਣਾ ਗਰਮ ਹੋ ਕੇ ਬੰਦ ਹੋਇਆ, ਇਸ ਕਰਕੇ ਠੰਡਾ ਮੁੱਕਾ ਰੱਖਿਆ ਹੋਇਆ ਆਪਾਂ। ਅਤੇ ਕਈ ਵਾਰ ਘੜੀ ਹੋਈ ਆ ਇਸ ਤਰ੍ਹਾਂ ਬਲੌਗ ਬਣਾਈ ਜਾਂਦੇ ਹੁੰਦੇ ਆ, ਇਹਨਾਂ ਨੇ ਦੂਜੀ ਸਾਈਡੋਂ ਮੋਬਾਇਲ ਬੰਦ ਹੋ ਜਾਂਦਾ, ਬਲੌਗ ਨਹੀਂ ਬਣਦਾ। ਅੱਜ ਸਾਹਮਣੇ ਆ ਗਏ ਲੈਨਮੈਨ ਸਾਹਿਬ ਮੋਟਰਸਾਈਕਲ 'ਤੇ, ਕਰਦੇ ਆ ਚੈੱਕ ਹੁਣ ਦੇਣੇ ਕੀ ਕੁਛ ਬਣਦਾ। ਆਓ ਜੀ ਤਾਰ ਤਿਆਰ ਹੋ, ਜੋੜ ਦਾ ਮੈਂ ਕਾਲ ਆ ਲੱਗੇ ਹੈ ਨਾ, ਤਿੰਨ ਚਾਰ ਦਿਨ ਹੋ ਗਏ ਵੀ ਸਪਾਰਕ ਨਹੀਂ ਮਾਰ ਕੇ, ਸਪਾਰਕ ਜਿਹਾ ਮਾਰ ਕੇ ਅਤੇ ਮੈਂ ਚਲੂੰ ਵੀ ਲਾਈਟ ਤਾਂ ਪੂਰੀ ਰਹਿੰਦੀ ਉੱਥੇ, ਹਾਂ ਵੀ ਏ ਸੀ ਉਸ ਚੱਲਦੇ ਆ ਅਤੇ ਕਿਹੜੇ ਏ ਸੀ ਅੱਜ ਤੜਕੇ ਮੈਂ ਲਗਾ ਕੇ ਦੁਕਾਨ 'ਤੇ, ਇਹ ਤਾਂ ਉਹੀ ਹੋ ਗਿਆ ਯਾਰ। ਅਤੇ ਖਿੱਚਦਾ ਨਹੀਂ, ਆਪਾਂ ਖਿੱਚਦਾ ਤਾਰ ਪਾਈ ਹੈ ਦੇਖ, ਚਿੱਟ ਚਿੱਟੀ ਚੇਪੀ ਲਾਈ ਸੀ ਉਹਦੇ ਦੇਖ, ਅਸੀਂ ਇਸ ਟਾਇਰ ਸਹੀ ਲੱਗਦਾ ਮੈਨੂੰ। ਪੌੜੀ ਛੋਟੀ ਹੈ ਯਾਰ, ਪੈਡਲ ਹੈ ਨਹੀਂ ਕਿ ਸਾਈਡ ਦੇ ਹਲੇ ਹੈ, ਜੋੜ ਤਾਂ ਦੇਖ ਲਗੇ ਜੋੜ ਨਹੀਂ ਮਾ ਗਿਆ। ਦੇਖੋ ਯਾਰ ਕੀ ਹੋਇਆ, ਆਪਾਂ ਪਹੁੰਚ ਗਏ ਦੁਕਾਨ 'ਤੇ ਅਤੇ ਆਹ ਮੋਟਰ ਆ ਜੋ ਆਪ ਪਾਉਣੀ ਆ ਹੁਣ, ਅਤੇ ਚੱਲਦੇ ਹਾਂ ਕਰਦੇ ਹਾਂ ਸਾਫ਼ ਸਫਾਈ, ਉਸ ਤੋਂ ਬਾਅਦ ਆਉਂਦਾ ਟਰੈਕਟਰ ਪਾਉਣੇ ਮੋਟਰ। ਇੱਕ ਵਾਰੀ ਫੇਰ ਤੁਹਾਨੂੰ ਦੱਸਦੇ ਹਾਂ ਵੀ ਮੀਂਹ ਦੀ ਸੰਭਾਵਨਾ ਫੁੱਲ ਆ, ਦੇਖੋ ਬੱਦਲ ਅਤੇ ਹਵਾ ਖੜ੍ਹ ਚੁੱਕੀ ਹੈ, ਇਹਦਾ ਕਾਰਨ ਹੀ ਵੀ ਮੀਂਹ ਦੀ ਸੰਭਾਵਨਾ ਫੁੱਲ ਆ। 2 ਵਜੇ ਨੂੰ ਹੁਣ ਟਾਈਮ 7:30 ਦਾ ਹੋਇਆ, 2 ਵਜੇ ਨੂੰ ਮੀਂਹ ਆ ਜਾਣਾ ਅਤੇ ਮੀਂਹ ਦੀ ਬਹੁਤ ਲੋੜ ਆ।
ਅਤੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਨੀ ਹੈ ਕਿ 5-7 ਦਿਨਾਂ ਤੋਂ 4 ਦਿਨਾਂ ਤੋਂ ਬਲੌਗ ਅਪਲੋਡ ਕਰਦੇ ਕਰਕੇ, ਅਤੇ ਛੋਟੇ ਛੋਟੇ ਕਲਿੱਪ ਜੇ ਜਿਵੇਂ ਵੀ ਬਣੇ, ਬਲੌਗ ਤਾਂ ਮੇਰਾ ਬਣੂਗਾ ਐਸ ਓ ਟੀ, ਅਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੁਹਾਡੀ ਮਰਜ਼ੀ ਆ, ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੁਹਾਡੀ ਇੱਛਾ ਹੈ ਜੀ, ਆਪਣਾ ਫਰਜ਼ ਕਹਿਣਾ। ਇੱਧਰ ਪੈਪਾਂ ਦੇਖੋ, ਹੁਣ ਆਪਣੇ ਆਹ ਪੈਪਾਂ ਦੇ ਖਾਲ ਆ, ਜੋ ਖਾਲਾਂ 'ਚ ਆਹ ਪੈਪਾਂ ਪੈਂਦੀਆਂ, ਖਾਲ ਚੱਕੇ ਜਾਣਗੇ ਸਾਰੇ ਹੀ, ਤਕਰੀਬਨ 20-30% ਚੱਕੇ ਗਏ ਜਿਵੇਂ ਆਹ ਖਾਲ ਜਾਂਦਾ, ਇਹ 'ਚ ਸਾਰੀਆਂ ਪੈਪਾਂ ਪੈ ਜਾਣੀਆਂ। ਅਤੇ ਹੁਣ ਆਪਾਂ ਕਰਦੇ ਹਾਂ ਸਾਫ਼ ਸਫਾਈ, ਉੱਪਰ ਕੱਢਦੇ ਹਾਂ ਵੀ ਹਨੇਰੀ ਆਈ ਸੀਗੀ, ਅਤੇ ਇਹਦੇ ਨਾਲ ਰੇਤਾ ਰੇਤਾ ਹੋ ਗਿਆ। ਚੱਲਦੇ ਹਾਂ ਫਿਰ ਆਪਾਂ ਮੋਟਰ ਪਾਉਣ, ਇਹਦਾ ਪਾਣੀ ਤੁਹਾਨੂੰ ਮੈਂ ਜ਼ਰੂਰ ਚੈੱਕ ਕਰਾਊਂਗਾ ਕਿੰਨਾ ਕਿੰਨਾ ਨਹੀਂ। ਚੱਲਦੇ ਹਾਂ ਜੀ ਫਿਰ। ਲਓ ਜੀ, ਆਪਾਂ ਬੰਨ ਰਹੇ ਸੀ ਦੁਕਾਨ 'ਤੇ ਮੋਟਰਾਂ, ਦੇਖੋ ਕੰਪਲੀਟ ਕਰਤੀ ਹੈ, ਸਮਝ ਲਓ ਟਾਗਾਂ ਮਾਰੀ ਜਾਂਦੇ ਹਾਂ, ਅਤੇ ਤੇਜ਼ ਆਂਧੀ ਤੂਫਾਨ ਆ ਦੇਖ ਸਕਦੇ ਹੋ ਤੁਸੀਂ, ਉਹ ਹਨੇਰੀ ਉੱਡਦੀ ਦੇਖ ਸਕਦੇ ਹੋ ਰੇਤਾ। ਇੱਧਰ ਬੱਕਰਿਆਂ ਵਾਲਾ ਬਾਈ ਵੀ ਬੱਕਰੀਆਂ ਚਲਾਈ ਜਾਂਦਾ, ਆਹ ਦੇਖੋ ਜਵਾਰ ਤੁਸੀਂ, ਤੇਜ਼ ਤੂਫਾਨ ਆ ਰਿਹਾ, ਬੱਦਲ ਵੀ ਖੋਏ ਹੋਏ ਆ ਪੂਰੇ, ਮੀਂਹ ਦੀ ਸੰਭਾਵਨਾ ਹੈਗੀ ਸੀ ਪਰ ਹਨੇਰੀ ਦੇ ਨਾਲ ਦੇਖੋ ਕੀ ਬਣਦਾ। ਤੂਫਾਨ ਇਸ ਟਾਈਮ ਪੂਰਾ ਆ ਰਿਹਾ, ਅਤੇ ਮੋਟਰ ਵੀ ਕੰਪਲੀਟ ਕਰਤੀ ਸੀ, ਆਹ ਦੇਖ ਸਕਦੇ ਹੋ ਤੁਸੀਂ, ਅੱਜ ਕਰਦੇ ਹਾਂ ਕੰਪਲੀਟ ਇਸ ਨੂੰ ਪੌਣੇ ਵਾਰਨੇ 'ਚ। ਤੁਸੀਂ ਦੇਖੋ ਕੁਦਰਤ ਦੇ ਰੰਗ, ਦੁਪਹਿਰੇ ਕਿੰਨੀ ਗਰਮੀ ਸੀ ਅਤੇ ਹੁਣ ਫੁੱਲ ਠੰਡੀ ਹਵਾ ਅਤੇ ਤੇਜ਼ ਹਵਾ ਚੱਲ ਰਹੀ ਹੈ। ਚਾਰ ਬਈ
ਸੋਹਣਿਆ ਇਸ ਪਾਸੇ। ਪਰਸੋਂ ਸੀਗਾ ਜੋ ਝੋਨਾ ਨਹੀਂ ਲੱਗਿਆ ਸੀ ਅਤੇ ਅੱਜ ਝੋਨਾ ਲੱਗ ਗਿਆ, ਦੇਖ ਸਕਦੇ ਹੋ ਤੁਸੀਂ ਆਹ ਸਾਰਾ ਏਰੀਆ ਝੋਨੇ ਦਾ ਲੱਗ ਚੁੱਕਿਆ। ਅਤੇ ਆਪਾਂ ਹੁਣ ਦੁਕਾਨ 'ਤੇ ਮੋਟਰ ਬੰਨ੍ਹ ਰਹੇ ਸੀਗੇ, ਇੱਕ ਮੋਟਰ ਆਪਾਂ ਫਿੱਟ ਕਰਤੀ ਸੀ ਅਤੇ ਆਹ ਮੋਟਰ ਆਪਣੇ ਕੋਲ ਆਈ ਸੀ, ਵਿੱਚ ਪਾਣੀ ਪੈ ਗਿਆ। ਇਹ ਸਹੀ ਆ, ਇਹਦੀ ਸੈਟਿੰਗ ਕਰਨੀ, ਅਤੇ ਆਹ ਮੋਟਰ ਆਪਣੇ ਕੋਲ ਕਿੱਦਾਂ ਦੀ ਪਈ ਆ, ਇਹਦਾ ਅੱਜ ਫੋਨ ਆ ਗਿਆ ਵੀ ਇਹੀ ਬੰਨ੍ਹਣੀ ਆ। ਪਹਿਲਾਂ ਐਂ ਸੀਗਾ ਸਕੀਮ ਵੀ ਨਵੀਂ ਮੋਟਰ ਲੈ ਕੇ ਆਉਣੀ ਆ, ਅਤੇ ਆ ਪੱਖੀ ਦੀ ਆਪਣੀ ਵੀਡੀਓ ਨਹੀਂ ਬਣੀ, ਇਹ ਵੀ ਆਪਾਂ ਬੰਨ੍ਹੀ ਹੋਈ ਹੈ, ਅੱਜ ਹੀ ਬੰਨ੍ਹੀ ਹੈ ਸਵੇਰੇ, ਅਤੇ ਸਵੇਰ ਦੀ ਚਲੀ ਜਾਂਦੀ ਹੈ ਵਧੀਆ। ਅਤੇ ਇੱਕ ਆ ਟੁੱਲੂ ਪੰਪ ਹੋਰ ਹੈ, ਇਹ ਬੰਨ ਰਹੇ ਹਾਂ ਆਪਾਂ। ਬਾਕੀ ਉਮੀਦ ਹੈ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ। ਜੋ ਮਹੀਨੇ ਸਵਾ ਮਹੀਨੇ ਬਾਅਦ ਬਲੌਗ ਪਾਇਆ ਸੀ ਉਹ ਤੁਸੀਂ ਇੰਨਾ ਪਸੰਦ ਨਹੀਂ ਕਰਿਆ ਮੈਨੂੰ ਪਤਾ, ਕਿਉਂਕਿ ਵਿਊ ਨਹੀਂ ਆਏ। ਅਤੇ ਚਲੋ ਕੋਈ ਗੱਲ ਨਹੀਂ, ਇੱਕ ਵੀਡੀਓ ਹੋਰ ਪਾ ਕੇ ਦੇਖਦੇ ਹਾਂ। ਅਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਜੇ ਲੱਗੀ ਵਧੀਆ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਅਤੇ ਚੈਨਲ ਨੂੰ ਹੈ ਜੋ ਆਪਣੇ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ। ਧੰਨਵਾਦ, ਸ਼ੁਕਰੀਆ ਮੇਰੀ ਵੀਡੀਓ ਦੇਖਣ ਵਾਸਤੇ ਜੀ, ਧੰਨਵਾਦ ਜੀ। ਅਤੇ ਸ਼ਾਮ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਧਰ, ਆਹ ਇੱਥੇ ਵੀ ਝੋਨਾ ਹੀ ਲੱਗਣਾ ਦੇਖੋ ਏਰੀਏ ਦੇ ਵਿੱਚ ਵੀ।